ਬਰੀਫਲੀ ਜਾਣਾਂਗੇ ਜਿਹੜੀ ਇਹ ਬਾਈਕ ਹੈਗੀ ਹੈ ਇਹ ਆਮ ਚੰਡੀਗੜ੍ਹ ਚ ਕਿੰਨੀਆਂ ਕੁ ਬਾਈਕ ਹੈਗੀਆਂ ਇੱਕ ਵੀ ਨਹੀਂ ਹੈਗੀ ਇੱਕ ਵੀ ਮੈਂ ਨਹੀਂ ਦੇਖੀ ਫਸਟ ਮੈਂ ਲੈ ਕੇ ਆਇਆ ਜਦੋਂ ਵੀ ਜੰਨਾ ਲੋਕੀ ਮੂਵੀਆ ਬਣਾ ਰਹੇ ਹੁੰਦੇ ਆ ਸਾਰਾ ਕੁਝ ਤਿਆਰ ਕਰਾਇਆ ਜੀ ਇੰਜਨ ਆਪ ਲਵਾਇਆ ਸਵਾ ਲੱਖ ਰੁਪਏ ਦੀ ਆਂਦੀ ਹੈ ਇਹ ਉਹਦੇ ਵਿੱਚ ਇੰਜਨ ਸ਼ਿਫਟ ਕਰਕੇ ਅਸੀਂ ਆਪਣੇ ਵਾਸਤੇ ਯੂਜ਼ ਕਰ ਰਹੇ ਹਾਂ ਚੰਡੀਗੜ੍ਹ ਦੇ ਵਿੱਚ ਇੱਕ ਦੁਕਾਨ ਹੈਗੀ ਹੈ 40 ਸੈਕਟਰ ਦੇ ਵਿੱਚ ਚਿਕਨ ਸੂਪ ਦਾ ਕੰਮ 2 ਰੁਪਏ ਦਾ ਸੂਪ 1 ਰੁਪਏ ਦਾ ਅੰਡਾ ਵੇਚਦੇ ਹੁੰਦੇ ਸੀਗੇ ਜੀ ਕਈ ਵਾਰੀ ਮੁੰਡਾ ਨਹੀਂ ਆਂਦਾ ਸੀਗਾ ਤੇ ਝੂਠੇ ਭੰਡੇ ਵੀ ਆਪ ਤੋਂਦੇ ਹੁੰਦੇ ਸੀਗੇ ਮੈਂ ਕਿਹਾ ਵਾਹਿਗ ਚਲੋਣੇ ਆਪਣੇ ਜੀਜੇ ਨੂੰ ਕਹਿਤਾ ਕਹਿੰਦਾ ਵੀ ਉਹ ਕਹਿ ਰਹੇ ਸੀਗਾ ਕਿ ਸੂਬ ਦੇ پیسے ਨਹੀਂ ਦੇ ਸਕਦਾ ਇਹਨਾਂ ਦਾ ਕਿਹੜੇ ਬੂਥ ਹੋਏਗਾ ਕਹਿੰਦਾ ਭੁੱਲ ਜਾ ਕਿੱਥੋਂ ਬੂਥ ਲੈ ਲੈਣਗੇ ਇਹ ਬਸ ਇੰਨੀ ਮਿਹਨਤ ਕੀਤੀ ਬਾਹਰ ਚੱਲ ਗਿਆ ਇੱਥੇ ਆ ਕੇ ਫਿਰ ਅਸੀਂ ਬੂਥ ਲੈ ਲਿਆ ਬੂਥ ਆਪਣਾ ਇਸ ਟਾਈਮ 1.5-2 ਕਰੋੜ ਦਾ ਹੈਗਾ ਇੰਨੀਆਂ ਮਿਹਨਤਾਂ ਕੀਤੀਆਂ ਇੰਨੀਆਂ ਮਿਹਨਤਾਂ ਕੀਤੀਆਂ ਕਿਸੇ ਦੇ ਤਾਨੇ ਵੱਜੇ ਪਰ ਤਾਨੇ ਵੱਜਣ ਤੋਂ ਬਾਅਦ ਵੀ ਆਪਾਂ ਕਿਸੇ ਮੈਨੂੰ ਦੋ ਦੁਕਾਨਾਂ ਬਾਹਰ ਮਿਲਦੀਆਂ ਵੀ ਅਸੀਂ ਮੈਂ ਉਸੇ ਲਾਈਨ ਦੇ ਵਿੱਚ ਬੂਥ ਲਿੱਤਾ ਪਰ ਉਸ ਬੰਦੇ ਨੂੰ ਜਾ ਕੇ ਇਹ ਨਹੀਂ ਗਿਆ ਵੀ ਆ ਦੇਖ ਅੱਜ ਮੈਂ ਬੂਥ ਲੈ ਲਿਆ ਇਟਲੀ ਜਾਣ ਦਾ ਸਵਾਬ ਕਿਵੇਂ ਬਣਿਆ ਮਤਲਬ ਜਦੋਂ ਇਟਲੀ ਦਾ ਬਾਰੇ ਸੋਚਾ ਇੱਥੇ ਇੰਨੇ ਕੰਮ ਸ਼ੁਰੂ ਕੀਤੇ ਕੰਮਾਂ ਦੇ ਵਿੱਚ ਤੁਸੀਂ ਕੀ ਸਿੱਖਿਆ ਕਮਾਈਆਂ ਇੱਥੇ ਨਹੀਂ ਸੀਗੀਆਂ ਇੰਨੀਆਂ ਜੋ ਕੁਝ ਬਣਾਉਣਾ ਚਾਹੁੰਦੇ ਸੀ ਨਹੀਂ ਬਣ ਸਕਦੇ ਸੀ ਕਹਿੰਦੇ ਆ ਵੀ ਬਾਹਰ 1 ਰੁਪਏ ਦੇ ਅਗਰ ਉਸ ਟਾਈਮ 40-45 ਰੁਪਏ ਬਣਦੇ ਹੁੰਦੇ ਸੀਗੇ ਉਦੋਂ ਇੰਨੀਆਂ ਕਮਾਈਆਂ ਸੀਗੀਆਂ ਉਸ ਤੋਂ ਬਾਅਦ ਐਂਡ ਦੇ ਵਿੱਚ ਜਦੋਂ ਯੂਰੋ ਚੇਂਜ ਹੋਇਆ 1 ਰੁਪਏ ਦੇ 65-70 ਹੌਲੀ-ਹੌਲੀ ਕਰਕੇ 82 ਬਣਨ ਲੱਗੇ ਤੇ ਉਹ ਢਾਈ ਬੰਦੇ ਜਿੰਨਾ ਕੰਮ ਕੀਤਾ ਢਾਈ ਬੰਦਾ ਪੰਜ ਹਮੇਸ਼ਾ ਗੋਹੇ ਦੇ ਵਿੱਚ ਹੀ ਕੰਮ ਕੀਤਾ ਜਾਨਵਰਾਂ ਦੇ ਵਿੱਚ ਡੰਗਰਾਂ ਦੇ ਵਿੱਚ ਡ ਇੱਕਾ ਡਰੈੱਸ ਸਾਹਮਣੇ ਸਾਨੂੰ ਦਿਖਾਈ ਦੇ ਰਹੀ ਹੈ ਵਰਮਾ ਸਾਹਿਬ ਇਹ ਸਾਨੂੰ ਬਹੁਤ ਅਲੱਗ ਲੱਗ ਰਹੀ ਕਿਉਂਕਿ ਘਰ ਦੇ ਸਾਹਮਣੇ ਡਰੈੱਸ ਰੱਖੀ ਹੋਈ ਹੈ ਇਹ ਸੂਟ ਇਹ ਹੈਗਾ ਜੀ ਜਿਹੜਾ ਮਰਜ਼ੀ ਸਰਚ ਕਰਕੇ ਦੇਖ ਲੇ ਇਹ 1.5 ਲੱਖ ਰੁਪਏ ਦਾ ਸੂਟ ਹੈ ਕਿਸੇ ਟਾਈਮ ਸੂਟ ਨਹੀਂ ਜੁੜਦਾ ਸੀ ਪਰ ਮਾਤਮਾ ਨੇ ਮੇਲ ਰਹੀ ਵਾਹਿਗੁਰੂ ਦੀ ਆਪਾਂ ਇਹ ਸੂਟ ਪਾ ਕੇ ਬਾਹਰ ਇਟਲੀ ਚ ਮੋਟਰਸਾਈਕਲ ਚਲਾਏ ਵੱਡੇ ਵੱਡੇ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਤੇ ਮੈਂ ਸੰਦੀਪ ਕੰਬੋ ਜ਼ਿੰਦਗੀ ਦੇ ਨਾਲ ਜੁੜੀ ਹੋਈ ਇੱਕ ਅੱਜ ਹੀ ਅਸੀਂ ਅੱਜ ਤੁਹਾਨੂੰ ਅਸੀਂ ਕਹਾਣੀ ਦੇ ਨਾਲ ਰੂਬਰੂ ਕਰਾਵਾਂਗੇ ਚੀਜ਼ਾਂ ਦੇਖ ਰਹੇ ਹੋ ਤੁਸੀਂ ਸਾਜੋ ਸਮਾਨ ਜਿਹੜਾ ਕਿ ਸਾਡੇ ਪੁਰਾਣੇ ਵਿਰਸੇ ਨਾਲ ਜੁੜੀਆਂ ਚੀਜ਼ਾਂ ਹੈਗੀਆਂ ਨੇ ਸਾਡੇ ਦਾਦੇ ਪੋਤਿਆਂ ਦੇ ਸਮੇਂ ਦੇ ਜਿਹੜੇ ਵਹੀਕਲ ਖੜੇ ਨੇ ਉਸ ਸਮੇਂ ਦੇ ਵਹੀਕਲ ਪਰ ਇਸ ਦੇ ਪਿੱਛੇ ਇੱਕ ਬੜੀ ਦਰਦਪਰੀ ਕਹਾਣੀ ਹੈਗੀ ਜਿਸ ਨੂੰ ਸੁਣ ਕੇ ਸ਼ਾਇਦ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਕਿਉਂਕਿ ਕਹਾਣੀ ਕੁਝ ਹੈ ਹੀ ਅਜੀ ਹੈ ਸਰਦਾ ਕੁਲਦੀਪ ਵਰਮਾ ਜੀ ਵਰਮਾ ਸਾਹਿਬ ਅਸੀਂ ਅੱਗੇ ਵੀ ਜ਼ਿਕਰ ਕੀਤਾ ਉਸ ਕਹਾਣੀ ਦਾ ਰੈਸ ਹੈ ਜਾਨਣਾ ਚਾਹਾਂਗੇ ਜਦੋਂ ਬਠਿੰਡੇ ਤੋਂ ਇੱਥੇ ਆਏ ਤੇ ਜਿਹੜੇ ਸ਼ੌਂਕ ਪੂਰੇ ਕੀਤੇ ਤੇ ਜਦੋਂ ਬਠਿੰਡੇ ਤੋਂ ਇੱਥੇ ਸ਼ਿਫਟ ਹੋਏ ਸੀ ਕਿੱਥੋਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀ ਇੱਥੇ ਚੰਡੀਗੜ੍ਹ 40 ਸੈਕਟਰ ਪਹਿਲਾਂ ਦਰਜੀ ਦਾ ਕੰਮ ਕੀਤਾ ਜੀ ਆਪਣੇ ਤਾਇਆ ਜੀ ਕੋਲ ਉਸ ਤੋਂ ਬਾਅਦ ਇੱਥੇ ਚੰਡੀਗੜ੍ਹ ਦੇ ਵਿੱਚ ਇੱਕ ਦੁਕਾਨ ਹੈਗੀ ਆ 40 ਸੈਕਟਰ ਦੇ ਵਿੱਚ ਚਿਕਨ ਸੂਪ ਦਾ ਕੰਮ 2 ਰੁਪਏ ਦਾ ਸੂਪ 1 ਰੁਪਏ ਦਾ ਅੰਡਾ ਵੇਚਦੇ ਹੁੰਦੇ ਸੀਗੇ ਜੀ ਕਈ ਵਾਰੀ ਮੁੰਡਾ ਨਹੀਂ ਆਂਦਾ ਸੀਗਾ ਤੇ ਜੁੱਠੇ ਭਾਂਡੇ ਵੀ ਆਪ ਧੋਂਦੇ ਹੁੰਦੇ ਸੀਗੇ ਇੱਕ ਵਾਰ ਕੁਦਰਤੀ ਗਰਮੀ ਬਹੁਤ ਸੀਗੀ ਤੇ ਦੁਕਾਨਦਾਰ ਨੂੰ ਕਿਹਾ 30 ਰੁਪਏ ਰੋਜ਼ ਦਿੰਦੇ ਸੀ ਉਸ ਟਾਈਮ 30 ਰੁਪਏ ਬਹੁਤ ਜ਼ਿਆਦਾ ਹੁੰਦੇ ਸੀਗੇ ਤੇ ਕਦੇ-ਕਦੇ ਦੁਕਾਨ ਦੇ ਅੱਗੇ ਮਤਲਬ ਸੂਪ ਦੀ ਦੁਕਾਨ ਲਾ ਲੈਂਦਾ ਸੀ ਟੇਬਲ ਲਗਾਉਂਦੇ ਹੁੰਦੇ ਦੁਕ ਹੱਥ ਜੋੜ ਕੇ ਬੇਨਤੀ ਕੀਤੀ ਵੀ ਅੱਜ 20 ਲੈ ਲਿਆ ਕਰ ਅੱਗੇ ਗਰਮੀ ਬਹੁਤ ਹੈ ਜੂਨ ਜਲਾਈ ਹੈ ਉਹ ਕਹਿੰਦਾ ਬਣਾਣਾ ਬਣਾਣਾ ਸੂਪ ਆਪਣਾ ਵੇਚਣਾ ਵੇਚ ਨਹੀਂ ਤਾਂ ਤੂੰ ਮਤਲਬ ਛੱਡ ਜਾ ਮੈਂ ਉਹਦੇ ਸਾਲੇ ਨਾਲ ਗੱਲ ਕੀਤੀ ਮੈਂ ਕਿਹਾ ਤੇਰਾ ਜੀਜਾ ਇਸ ਤਰ੍ਹਾਂ ਕਹਿ ਰਿਹਾ ਸੀ ਮੈਂ ਕਿਹਾ ਯਾਰ 30-30 ਰੁਪਏ ਦੇ ਕੇ ਥੱਕ ਗਿਆ ਮੈਂ ਕਿਹਾ ਵਾਹ ਗੁਰੂ ਨੇ ਸੋਚਿਆ ਕਿ ਸ਼ਾਇਦ ਸਾਡਾ ਵੀ ਬੂਥ ਹੋਵੇ ਚਲੋ ਉਹਨੇ ਆਪਣੇ ਜੀਜੇ ਨੂੰ ਕਹਿਤਾ ਕਹਿੰਦਾ ਵੀ ਉਹ ਕਹਿ ਰਹੇ ਸੀਗਾ ਵੀ ਸੂਪ ਦੇ ਪੈਸੇ ਨਹੀਂ ਦੇ ਸਕਦਾ ਇਹਨਾਂ ਦਾ ਕਦੇ ਬੂਥ ਹੋਏਗਾ ਕਹਿੰਦਾ ਭੁੱਲ ਜਾ ਕਿੱਥੋਂ ਬੂਥ ਲੈ ਲੈਣਗੇ ਇਹ ਬਸ ਇੰਨੀ ਮਿਹਨਤ ਕੀਤੀ ਬਾਹਰ ਚੱਲ ਗਿਆ ਇੱਥੇ ਆ ਕੇ ਫਿਰ ਅਸੀਂ ਬੂ ਇੰਨੀ ਮਿਹਨਤਾਂ ਕੀਤੀਆਂ ਇੰਨੀ ਮਿਹਨਤਾਂ ਕੀਤੀਆਂ ਕਿਸੇ ਦੇ ਤਾਨੇ ਵੱਜੇ ਪਰ ਤਾਨੇ ਵੱਜਣ ਤੋਂ ਬਾਅਦ ਵੀ ਆਪਾਂ ਕਿਸੇ ਮੈਨੂੰ ਦੋ ਦੁਕਾਨਾਂ ਬਾਹਰ ਮਿਲਦੀਆਂ ਵੀ ਅਸੀਂ ਮੈਂ ਉਸੇ ਲਾਈਨ ਦੇ ਵਿੱਚ ਬੂਥ ਲਿੱਤਾ ਪਰ ਉਸ ਬੰਦੇ ਨੂੰ ਜਾ ਕੇ ਇਹ ਨਹੀਂ ਕਿਹਾ ਵੀ ਆ ਦੇਖ ਅੱਜ ਮੈਂ ਬੂਥ ਲੈ ਲਿਆ ਮਤਲਬ ਮਿਹਨਤ ਤੁਸੀਂ ਐਂਡ ਤੱਕ ਮਿਹਨਤ ਨਹੀਂ ਮਾਰਿਆ ਤੇ ਜਿਹੜੇ ਅਸੀਂ ਜ਼ਿਕਰ ਕਰਾਂਗੇ ਕਿ ਉਸ ਸਮੇਂ ਕਿੰਨੀ ਕੁ ਕਮਾਈ ਕਿੰਨੀ ਕੁ ਹੁੰਦੀ ਸੀ ਜਦੋਂ ਤੁਸੀਂ ਇੱਥੇ ਆਗੇ ਸੀ ਉਸ ਟਾਈਮ ਸਭ ਨੂੰ ਪਤਾ ਜੀ ਪਿੱਛੇ ਚੱਲ ਜਾਓ ਤਾਂ ਪੰਜਾਬੀ ਚੈਨਲ ਜਿਹੜੇ ਚੱਲਦੇ ਹੁੰਦੇ ਸੀਗੇ ਉਹਦੇ 'ਚ ਆਉਂਦੀ ਹੁੰਦੀ ਸੀਗੀ ਮੰਜਲੀ ਜੋਸ਼ੀ ਜਿਹੜੀ ਖਬਰਾਂ ਦੇ ਵਿੱਚ ਆਉਂਦੀ ਹੁੰਦੀ ਸੀ ਸਾਰੇ ਪੁਰਾਣੇ ਬਜ਼ੁਰਗਾਂ ਨੂੰ ਸਭ ਨੂੰ ਪਤਾ ਤੇ ਉਸ ਟਾਈਮ ਸ਼ਨੀਵਾਰ ਤੇ ਬੁੱਧਵਾਰ ਤੇ ਐਤਵਾਰ ਫਿਲਮ ਦਿਖਾਉਂਦੇ ਹੁੰਦੇ ਸੀ ਹਿੰਦੀ ਚੈਨਲਾਂ 'ਤੇ ਤੇ ਜਦੋਂ ਇੰਨੀ ਮਿਹਨਤ ਕਰਦੇ ਸੀ ਤਾਂ ਵੇਟ ਕਰਦੇ ਹੁੰਦੇ ਸੀਗੇ ਵੀ ਰਸ਼ ਪੈ ਜੇ ਰਸ਼ ਪੈ ਜੇ ਜਦੋਂ ਇੰਟਰਵਲ ਹੁੰਦਾ ਸੀਗਾ ਤਾਂ ਡੋਲੂ ਲੈ ਕੇ ਲੋਕ ਮੇਰੇ ਕੋਲ ਸੂਪ ਲੈਣ ਆਉਂਦੇ ਹੁੰਦੇ ਸੀਗੇ ਇਹ ਵੀ ਕੰਮ ਕੀਤੇ ਹੋਰ ਵੀ ਕੰਮ ਕੀਤੇ ਇੰਡੀਆ ਦੇ ਵਿੱਚ 20 ਤੋਂ ਉੱਤੇ ਕੰਮ ਕਰ ਲਏ ਬਾਕੀ ਥੋੜੇ ਬਹੁਤ ਸੌਰੀ ਇਟਲੀ ਦੇ ਵਿੱਚ ਵੀ ਕੀਤੇ ਆ ਇਟਲੀ ਜਾਣ ਦਾ ਸਵਾਗਤ ਕਿਵੇਂ ਬਣਿਆ ਮਤਲਬ ਜਦੋਂ ਇਟਲੀ ਦਾ ਬਾਰੇ ਸੋਚਾ ਇੱਥੇ ਇੰਨੇ ਕੰਮ ਸ਼ੁਰੂ ਕੀਤੇ ਕੰਮਾਂ ਦੇ ਵਿੱਚ ਤੁਸੀਂ ਕੀ ਸਿੱਖਿਆ ਸਿੱਖਿਆ ਕੁਝ ਨਹੀਂ ਜੀ ਜੋ ਕਮਾਈਆਂ ਇੱਥੇ ਨਹੀਂ ਸੀਗੀਆਂ ਇੰਨੀਆਂ ਜੋ ਕੁਝ ਬਣਾਉਣਾ ਚਾਹੁੰਦੇ ਸੀ ਨਹੀਂ ਬਣ ਸਕਦੇ ਸੀਗੇ ਜੀ ਦੋ ਤਿੰਨ ਕੰਮ ਇੱਥੇ ਇਕੱਠੇ ਜੋੜੇ ਹੋਏ ਸੀ ਸੂਪ ਵਾਲੀ ਦੁਕਾਨ ਤੇ ਲੋਟਰੀ ਦਾ ਕੰਮ ਵੀ ਸੀਗਾ ਤੇ ਜੀਨ ਦੀਆਂ ਪੈਂਟਾਂ ਵੀ ਲਾਈਆਂ ਵੇਚੀਆਂ ਸੀਗਾ ਔਖੇ ਸੌਖੇ ਹੋ ਕੇ 40-45000 ਰੁਪਏ ਇਕੱਠਾ ਕਰ ਲਿਆ ਵਿਸਥੇਦਾਰਾਂ ਦਾ ਕੋਈ ਸਾਥ ਨਹੀਂ ਮਿਲਿਆ ਨਹੀਂ ਮਿਲਿਆ ਕਿਸੇ ਦਾ ਸਾਥ ਨਹੀਂ ਮਿਲਿਆ ਕਿਸੇ ਪੜੋਸੀ ਦਾ ਯਾਰ ਦੋਸਤ ਦਾ ਕਿਸੇ ਦਾ ਸਾਥ ਨਹੀਂ ਮਿਲਿਆ ਹਰ ਕੇ ਆਪਣੇ ਆਪਣੇ ਪੈਸੇ ਇਕੱਠੇ ਕਰਕੇ ਜੀ 40-42000 ਰੁਪਏ ਲਾ ਕੇ ਆਪਾਂ ਇਟਲੀ ਚੱਲ ਗਏ ਆ ਇਟਲੀ ਜਾ ਕੇ ਇਹ ਇੱਥੇ ਉਹ ਸ਼ੁਰੂ ਹੋ ਗਈ ਆ ਜੋ ਕਹਿੰਦੇ ਆ ਵੀ ਬਾਹਰ 1 ਰੁਪਏ ਦੇ ਅਗਰ ਉਸ ਟਾਈਮ 40-45 ਰੁਪਏ ਬਣਦੇ ਹੁੰਦੇ ਸੀਗੇ ਉਦੋਂ ਇੰਨੀਆਂ ਕਮਾਈਆਂ ਸੀਗੀਆਂ ਉਸ ਤੋਂ ਬਾਅਦ ਐਂਡ ਦੇ ਵਿੱਚ ਜਦੋਂ ਯੂਰੋ ਚੇਂਜ ਹੋਇਆ 1 ਰੁਪਏ ਦੇ 65-70 ਹੌਲੀ-ਹੌਲੀ ਕਰਕੇ 82 ਬਣਨ ਲੱਗ ਗਏ ਤੇ ਉਹ ਢਾਈ ਬੰਦੇ ਜਿੰਨਾ ਕੰਮ ਕੀਤਾ ਢਾਈ ਬੰਦਾ ਪੰਜ ਹਮੇਸ਼ਾ ਗੋਹੇ ਦੇ ਵਿੱਚ ਹੀ ਕੰਮ ਕੀਤਾ ਜਨਵਾਰਾਂ ਦੇ ਵਿੱਚ ਡੰਗਰਾਂ ਦੇ ਵਿੱਚ ਡੰਗਰੀ ਰਹੇ ਆ ਜੀ ਸਿਰਫ 12 ਸਾਲ ਜਿਹੜਾ ਰੈਸਟੋਰੈਂਟ ਦੇ ਵਿੱਚ ਪੀਜੇ ਬਣਾਉਣ ਜਾਂਦੇ ਹੁੰਦੇ ਸੀਗੇ ਤੇ ਇੰਡੀਆ ਵਾਪਸ ਆ ਕੇ ਬੱਚਿਆਂ ਦੀ ਪੜ੍ਹਾਈ ਕਰਕੇ ਕਿਉਂਕਿ ਉੱਥੇ ਇੰਗਲਿਸ਼ ਨਹੀਂ ਸੀਗੀ ਅੱਛਾ ਤੇ ਕਿਸੇ ਤੇ ਕਿਸੇ ਮੁੱਦੇ ਤੇ ਸਾਨੂੰ ਵਾਪਸ ਆਣਾ ਪੈ ਗਿਆ ਤੇ ਅੱਜ ਵੀ ਯਾ 350 ਰੁਪਏ ਦਾ ਸਾਈਕਲ ਲੈ ਕੇ ਦਿੱਤਾ ਸੀ ਚੋਰੀ ਹੋ ਗਿਆ ਸੀਗਾ ਅੱਜ ਪਰਮਾਤਮਾ ਦੀ ਮਿਹਰ ਨਾਲ ਤੁਸੀਂ ਦੇਖ ਹੀ ਰਹੇ ਹੋ ਸਾਰਾ ਕੁਝ ਦਿਖਾਇਆ ਕਿੰਨੀਆਂ ਚੀਜ਼ਾਂ ਹੈਗੀਆਂ ਇੱਕ ਇੱਕ ਅਸੀਂ ਜਿਹੜੀ ਆ ਅਨੋਖੀ ਚੀਜ਼ ਵੇਖ ਰਹੇ ਆ ਇੱਕ ਆ ਡਰੈੱਸ ਸਾਹਮਣੇ ਸਾਨੂੰ ਦਿਖਾਈ ਦੇ ਰਹੀ ਹੈ ਵਰਮਾ ਸਾਹਿਬ ਇਹ ਸਾਨੂੰ ਬਹੁਤ ਅਲੱਗ ਲੱਗ ਰਹੀ ਕਿਉਂਕਿ ਘਰ ਦੇ ਸਾਹਮਣੇ ਡਰੈੱਸ ਰੱਖੀ ਹੋਈ ਹੈ ਚਲੋ ਅੱਜ ਇਹਨੂੰ ਬਾਹਰ ਕੱਢਣ ਦਾ ਮੌਕਾ ਮਿਲਿਆ ਇਸ ਦੀ ਅਸੀਂ ਕਹਾਣੀ ਬਾਰੇ ਜਾਣਨ ਚਾ ਚਾਵਾਂਗੇ ਇਸ ਤਰ੍ਹਾਂ ਜੀ ਜੇ ਪਹਿਲਾਂ ਦੱਸ ਚੁੱਕਿਆ ਵੀ ਗਰੀਬੀ ਬਹੁਤ ਹੁੰਦੀ ਸੀਗੀ ਤੇ ਕਈ ਵਾਰੀ ਮਨ ਕਰਦਾ ਸੀ ਕੁਰਤਾ ਪਜਾਮਾ ਪੈਂਟਾਂ ਪਾਣ ਨੂੰ ਕਈ ਵਾਰੀ ਪੈਸੇ ਨਸੀਬ ਨਹੀਂ ਹੁੰਦੇ ਸੀੰਨੇ ਜਦ ਇਟਲੀ ਚੱਲ ਗਏ ਤਾਂ ਪ੍ਰਮਾਤਮਾ ਨੇ ਸ਼ੌਂਕ ਪੂਰੇ ਹੋਣ ਵਾਸਤੇ ਪੂਰਾ ਸਾਥ ਦਿੱਤਾ ਆਪਾਂ ਘੱਟੋ ਘਾਟ 8-9 ਲੱਖ ਰੁਪਏ ਦਾ ਮੋਟਰਸਾਈਕਲ ਲਿਆ 8-9 ਲੱਖ ਦਾ ਮੋਟਰਸਾਈਕਲ ਲਿਆ ਇਹ ਸੂਟ ਇਹ ਹੈਗਾ ਜੀ ਜਿਹੜਾ ਮਰਜ਼ੀ ਸਰਚ ਕਰਕੇ ਦੇਖ ਲੇ ਇਹ 1.5 ਲੱਖ ਰੁਪਏ ਦਾ ਸੂਟ ਹੈ ਕਿਸੇ ਟਾਈਮ ਸੂਟ ਨਹੀਂ ਜੁਰਦਾ ਸੀ ਪਰਮਾਤਮਾ ਨੇ ਮਿਹਰ ਰਹੀ ਵਾਹ ਗੁਰੂ ਜੀ ਆਪਾਂ ਇਹ ਸੂਟ ਪਾ ਕੇ ਬਾਹਰ ਇਟਲੀ ਚ ਮੋਟਰਸਾਈਕਲ ਚਲਾਏ ਵੱਡੇ ਵੱਡੇ ਤੇ ਜਿਸ ਦਿਨ ਦਾ ਤਾਂ ਜਲਦੇ ਹੋਣਗੇ ਜਦੋਂ ਇਹ ਸੂਟ ਪਾਇਆ ਤੇ ਜਦੋਂ ਇੱਥੇ ਸੀ ਤਾਂ ਸੂਟ ਹੀ ਕਹਿੰਦੇ ਹੈ ਨਹੀਂ ਸੀ ਮਤਲਬ ਪਾਣ ਲਈ ਕੱਪੜੇ ਤਾਂ ਨੂੰ ਕੱਜਣ ਲਈ ਕਹਿੰਦੇ ਕੱਪੜੇ ਨਹੀਂ ਹੈਗੇ ਸੀ ਆਪਾਂ ਇੱਥੇ ਸੂਟ ਪਾ ਕੇ ਬੁਲਟ ਚਲਾ ਕੇ ਦਿਖਾਇਆ ਜੀ ਪਰ ਸਾਰੇ ਰਿਸ਼ਤੇਦਾਰਾਂ ਵਾਸਤੇ ਤੰਦਰੁਸਤੀ ਮੰਗੀ ਹੈ ਅੱਜ ਵੀ ਪਰਮਾਤਮਾ ਦੀ ਮਿਹਰ ਹੈਗੀ ਹੈ ਤੇ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਉਸ ਸਮੇਂ ਸ਼ਾਇਦ ਰਿਸ਼ਤਦਾਰੀ ਚ ਵੀ ਜਾਂਦੇ ਹੋਣੇ ਤਾਂ ਕਹਿੰਦੇ ਹੁਣੇ ਵਰਮਾ ਸਾਹਿਬ ਨੂੰ ਪਿੱਛੇ ਖੜਨਾ ਪੈ ਜਾਂਦਾ ਹੋਵੇ ਸ਼ਾਇਦ ਹੱਥ ਮਿਲਾਂ ਦਾ ਮੌਕਾ ਨਹੀਂ ਦਿੰਦੇ ਹੋਣੇ ਜਿਹੜੇ ਉਮੀਦ ਕਦੇ ਇਦਾਂ ਨਹੀਂ ਸੋਚਿਆ ਅਸੀਂ ਸਾਡੇ ਨਾਲ ਜਦੋਂ ਗਰੀਬੀ ਸੀ ਉਦੋਂ ਵੀ ਕੋਈ ਹੱਥ ਮਿਲਾਲੇ ਭਾਵੇਂ ਹੁਣ ਮਿਲਾਲੇ ਆਪਣਾ ਟਾਈਮ ਚੇਂਜ ਹੈ ਕੋਈ ਚੇਂਜ ਨਹੀਂ ਹੋਏਗਾ ਪਰ ਉਦਾਂ ਦੇ ਉਦਾਂ ਹੀ ਰਹਿਵਾਂਗੇ ਲੋਕਾਂ ਦੀ ਗੱਲ ਕਰ ਰਹੇ ਹਾਂ ਜਦੋਂ ਗਰੀਬੀ ਸੀ ਹਾਂਜੀ ਜਦੋਂ ਗਰੀਬੀ ਸੀਗੀ ਉਸ ਟਾਈਮ ਨਹੀਂ ਕੋਈ ਹੱਥ ਮਿਲਾਂਦਾ ਸੀ ਤੁਹਾਡੀ ਗੱਲ ਸਹੀ ਹੈ ਪਰ ਚਲੋ ਅਸੀਂ ਸਾਰੇ ਵਾਸਤੇ ਹੁਣ ਵੀ ਤੰਦਰੁਸਤੀ ਮੰਗੀਆਂ ਪਹਿਲਾਂ ਵੀ ਮੰਗਦੇ ਸੀਗੇ ਪਰਮਾਤਮਾ ਸਾਡੇ ਨਾਲੋਂ ਜ਼ਿਆਦਾ ਉਹਨਾਂ ਨੂੰ ਦਵੇ ਪਰ ਜੋ ਸਾਡੇ ਕੋਲ ਹੈਗਾ ਸੀ ਉਹਦੇ 'ਚ ਖੁਸ਼ ਹਾਂ ਬਿਲਕੁਲ ਕਿਸੇ ਸਮੇਂ ਤਨ ਜਿਹੜਾ ਕੱਜਨ ਨੂੰ ਕਹਿੰਦੇ ਕਪੜੇ ਸਵਾਣੇ ਓਕੇ ਸੀ ਕਹਿੰਦੇ ਕੁੜਤਾ ਵੀ ਕਹਿੰਦੇ ਨੇ ਮਹੀਨੇ ਮੱਸਿਆ ਕਦੇ ਜੁੜਦਾ ਸੀ ਤਾਂ ਫਿਰ ਉਸ ਤੋਂ ਬਾਅਦ ਅਜਿਹਾ ਸਮਾਂ ਪਰਮਾਤਮਾ ਨੇ ਲਿਆਂਦਾ ਤੇ 1.5 ਲੱਖ ਰੁਪਏ ਦੀ ਜਿਹੜੀ ਐਡਰੈਸ ਹੈਗੀ ਹੈ ਕਹਿੰਦੇ ਨੇ ਸਰਚ ਮਾਰ ਕੇ ਵੇਖ ਲਓ ਤੇ ਤੁਹਾਨੂੰ ਅਸੀਂ ਹੁਣ ਅਸੀਂ ਇਹ ਚੀਜ਼ਾਂ ਬਾਰੇ ਕਹਾਣੀ ਜਿਹੜੀ ਜਾਣੀ ਆ ਦਰਦਪਰੀ ਕਹਾਣੀ ਆ ਹੁਣ ਇਹਨਾਂ ਬਾਰੇ ਜਾਣਾਂਗੇ ਬਾਈ ਜੀ ਇਹ ਜਾਣਾਂ ਹੁਣ ਜਿਹੜਾ ਮੈਸੀ ਟਰੈਕਟਰ ਖੜਾ ਹੈ ਇਹ ਕਦੋਂ ਤੋਂ ਜਿਹੜਾ ਸ਼ੌਕ ਚੰਡੀਗੜ੍ਹ ਦੀਆਂ ਸੜਕਾਂ ਤੇ ਅਕਸਰ ਅਸੀਂ ਘਰਾਂ ਦੇ ਅੱਗੇ ਮਰਸੀਡੀਜ਼ ਆਡੀ ਦੇਖਦੇ ਆ ਇਹ ਵਿਰਸੇ ਦੀਆਂ ਚੀਜ਼ਾਂ ਮੇਰਾ ਬੇਟਾ ਜੀ ਉਹਦੇ ਚ ਕਿਆ ਨਾਮ ਹੈ ਹਵੇਲੀ ਚ ਗਿਆ ਸੀਗਾ ਜੀ ਹਵੇਲੀ ਚ ਟਰੈਕਟਰ ਬਾਹਰ ਖੜਾ ਹੋਇਆ ਮੇਰੇ ਬੇਟੇ ਨੇ ਮੈਨੂੰ ਵੈਸੇ ਹੀ ਕਹਤਾ ਕਹਿੰਦਾ ਪਪਾ ਇਹ ਟਰੈਕਟਰ ਲੈਣਾ 2-3 ਸਾਲ ਬਾਅਦ ਕੁਦਰਤੀ ਮੈਨੂੰ ਮੇਰੇ ਦੋਸਤ ਨੇ ਜਿਨ੍ਹਾਂ ਦੀ ਜ਼ਮੀਨ ਹੈਗੀ ਗੁਰਮੀਤ ਸਿੰਘ ਬੈਦਵਾਨ ਕੁੰਬੜੇ ਤੋਂ ਉਹਨਾਂ ਨੇ ਮੈਨੂੰ ਕਿਹਾ ਸਾਡੇ ਮੁਹੱਲੇ 'ਚ ਇੱਕ ਟਰੈਕਟਰ ਖੜਾ ਹੈ ਅਸੀਂ ਟਰੈਕਟਰ ਦੇਖਣ ਗਏ ਜੀ ਟਰੈਕਟਰ ਦੀ ਹਾਲਤ ਐਦਾਂ ਦੀ ਸੀਗੀ ਵੀ ਚਲੋ ਜੋ ਵੀ ਹੈ ਅਸੀਂ ਖਰੀਦ ਗਿਆ ਨੂੰ ਸ਼ਿੰਗਾਰਿਆ ਜਿੱਦਨ ਲੈ ਕੇ ਆਏ ਉਦੋਂ ਹੀ ਸਾਨੂੰ ਮੇਰੇ ਕੋਲ ਗੁਰਦੁਆਰਾ ਵਾਲਿਆਂ ਨੇ ਪੁੱਛ ਲਿਆ ਵੀ ਅਸੀਂ ਪਾਲਕੀ ਸਾਹਿਬ ਦੇ ਅੱਗੇ ਹਰ ਨਗਰ ਕੀਰਤਨ ਤੇ ਪਾਣੀ ਦੀ ਬਿਸ਼ੋਰ ਕਰਿਆ ਕਰਾਂਗੇ ਮੈਂ ਕਿਹਾ ਮੈਂ ਗੁਰੂ ਦੇ ਘਰ ਦੇ ਨਾਲ ਲਾਤਾ ਚੰਡੀਗੜ੍ਹ 'ਚ ਜਿੰਨੇ ਵੀ ਨਗਰ ਕੀਰਤਨ ਹੁੰਦੇ ਜੀ ਇਸ ਟਾਈਮ ਟਰੈਕਟਰ ਹਵਾ ਹਰ ਵਾਰ ਮੇਰਾ ਨਗਰ ਕੀਰਤਨ ਤੇ ਨੰਬਰ 1 ਤੇ ਹੁੰਦਾ ਅੱਛਾ ਗੁਰੂ ਘਰ ਦੇ ਵਿੱਚ ਤੁਸੀਂ ਪਾਣੀ ਦਾ ਛਿੜਕਾਅ ਕਰਦੇ ਹੋ ਜਦੋਂ ਅੱਗੇ ਪਾਲਕੀ ਸਾਹਿਬ ਅੱਗੇ ਅੱਗੇ ਚੰਡੀਗੜ੍ਹ 'ਚ ਜਿੰਨੇ ਨਗਰ ਕੀਰਤਨ ਹੋਣਗੇ ਜੀ ਵਾਹਿਗੁਰੂ ਨੇ ਮੇਰੇ ਟਰੈਕਟਰ ਨੂੰ ਬਖਸ਼ਿਆ ਹੋਇਆ ਪੋਟ੍ਰੇਲਾ ਜਿhta ਹੁੰਦਾ ਸੀ ਕਹਿੰਦੇ ਪਿੱਛੇ ਬਾਕੇ ਅੱਗੇ ਖੜਕੇ ਮੈਨੂੰ ਵੀ ਯਾਦ ਹੈਗਾ ਜਦੋਂ ਇੱਥੇ ਹੈਂਡਲ ਫੜ ਕੇ ਦੋ ਮਗਰ ਬੈਠੇ ਨੇ ਸੀ ਇੱਕ ਅੱਗੇ ਖੜਕੇ ਜਦੋਂ ਬੰਦਾ ਜਾਂਦਾ ਸੀ ਤਾਂ ਵਾਕਿਆਨ ਲੱਗਦਾ ਸੀ ਮੇਰੇ ਤਾਇਆ ਜੀ ਸੀਗੇ ਜੀ ਉਹਨਾਂ ਕੋਲ ਕ੍ਰੀਮ ਰੰਗ ਦਾ ਸੀਗਾ ਦਿਵਾਨ ਟੇਲਰ ਸਕੂਲੀ ਯੂਨੀਫਾਰਮ ਵਾਲੇ ਮੈਂ ਕਈ ਵਾਰੀ ਉਹਨਾਂ ਕੋਲੋਂ ਮੰਗਦਾ ਹੁੰਦਾ ਸੀ ਮੈਨੂੰ ਗੁੱਸੇ ਕਰਦੇ ਹੁੰਦੇ ਸੀ ਮੈਂ ਛੋਟਾ ਬਹੁਤ ਹੁੰਦਾ ਸੀਗਾ ਚਲੋ ਜੋ ਉਸ ਟਾਈਮ ਨਹੀਂ ਸ਼ੌਂਕ ਪੂਰੇ ਹੋਇਆ ਤੇ ਅੱਜ ਸ਼ੌਂਕ ਪੂਰੇ ਕਰ ਰਹੇ ਆ ਅੱਜ ਆਪਣੇ ਘਰੇ ਖੜਾ ਹੈ ਪ੍ਰੀਆ ਇੱਧਰ ਸੁਪਰ ਬਜਾਜ ਹੈਗਾ ਹੈ ਸੁਪਰ ਹੈ ਜੀ ਇਹ ਵੀ ਇਹਦਾ ਭ ਤੇ ਇਹ ਵੀ ਆਪਾਂ ਸ਼ਿੰਗਾਰ ਕੇ ਰੱਖਿਆ ਹੋਇਆ ਤੇ ਕਿੰਨੇ ਕਿੰਨੇ ਮਾਡਲ ਹੈਗੇ ਨੇ ਇਹ ਹੈਗਾ ਜੀ 1983 ਮਾਡਲ A74 ਮਾਡਲ 8183 ਤੇ 74 ਮਾਡਲ 74 ਮਾਡਲ ਹੈ ਜੀ ਇਹ 8084 ਇਹ 83 ਮਾਡਲ ਹੈ 83 ਹੈ ਠੀਕ ਹੈ ਇਹ 74 ਮਾਡਲ ਹੈ ਜੀ ਤੇ ਇਹ ਹੈਗੀ 8084 ਇਹਦੇ ਬਾਰੇ ਤਾਂ ਅਸੀਂ ਬੜਾ ਬਰੀਫਲੀ ਜਾਣਾਂਗੇ ਜਿਹੜੀ ਇਹ ਬਾਈਕ ਹੈਗੀ ਹੈ ਇਹ ਆਮ ਚੰਡੀਗੜ੍ਹ ਚ ਕਿੰਨੀਆਂ ਕੁ ਬਾਈਕ ਹੈਗੀਆਂ ਨੇ ਨਾਲ ਇੱਕ ਵੀ ਨਹੀਂ ਹੈਗੀ ਜੀ ਇੱਕ ਵੀ ਮੈਂ ਨਹੀਂ ਦੇਖੀ ਫਰਸਟ ਮੈਲ ਹੈਗੇ ਆ ਜਦੋਂ ਵੀ ਜਨਰ ਲੋਕੀ ਮੂਵੀਆਂ ਬਣਾ ਰਹੇ ਹੁੰਦੇ ਆ ਤੇ ਇਹ ਸਿਰਫ ਸੜਕ ਦੇ ਜਾਂ ਸਾਈਕਲ ਟਰੈਕ ਦੇ ਉੱਤੇ ਚਲਾਉਣਾ ਕਿਉਂਕਿ ਆਫ ਰੋਡ ਹੈਗੀ ਹੈ ਔਨ ਰੋਡ ਨਹੀਂ ਹੈਗੀ ਅੱਛਾ ਤੇ ਇੰਦੀ ਸਪੀਡ ਫੂਡ ਮਤਲਬ ਓਕੇ ਆ 70 60 70 ਦੀ ਸਪੀਡ ਹੈਗੀ ਆ ਜੀ ਇਹਨੂੰ ਬੱਚਾ ਵੀ ਚਲਾ ਸਕਦਾ ਵੱਡਾ ਵੀ ਚਲਾ ਸਕਦਾ ਪਰ ਆਨ ਰੋਡ ਨਹੀਂ ਹੈਗੀ ਆਫ ਰੋਡ ਹੈ ਇਹ ਅੱਛਾ ਮੀਟਰ ਮੋਟਰ ਸਾਰਾ ਮੈਂ ਤੁਸੀਂ ਆਪ ਤਿਆਰ ਕਰਵਾਇਆ ਸਾਰਾ ਕੁਝ ਤਿਆਰ ਕਰਾਇਆ ਜੀ ਇੰਜਨ ਆਪ ਲਵਾਇਆ ਸਵਾ ਲੱਖ ਰੁਪਏ ਦੀ ਆਂਦੀ ਹੈ ਇਹ ਅੱਛਾ ਉਹਦੇ ਵਿੱਚ ਇੰਜਨ ਸ਼ਿਫਟ ਕਰਕੇ ਅਸੀਂ ਆਪਣੇ ਵਾਸਤੇ ਯੂਜ਼ ਕਰ ਰਹੇ ਹਾਂ ਨੂੰ ਅੱਛਾ ਸਾਰਾ ਕੁਝ ਆਪ ਕੀਤਾ ਹੈ ਹੋਰ ਵੀ ਅਸੀਂ ਜਾਣਾਂਗੇ ਜਿਹੜੇ ਸ਼ੌਂਕ ਅਵੱਲੇ ਸ਼ੌਂਕ ਹੁਣ ਜਿਹੜੇ ਪਾਲ ਰਹੇ ਕਿਉਂਕਿ ਜ਼ਿੰਦਗੀ ਬਚਪਨ ਦੇ ਵਿੱਚ ਇਹ ਚੀਜ਼ਾਂ ਨਹੀਂ ਤਾਂ ਕਹਿੰਦੇ ਨੇ ਜਦੋਂ ਬੰਦਾ ਪੈਸਾ ਆਂਦਾ ਉਹ ਸ਼ੌਂਕ ਵੀ ਪਾਲਣੇ ਚਾਹੀਦੇ ਇਹ ਇਹ ਕਿੰਨਾ ਮਾਡਲ ਹੈ ਇਹ ਯਸਦੀ ਮੋਟਰਸਾਈਕਲ ਹੈ ਮੋਟਰਸਾਈਕਲ ਹੈ ਜੀ 1984 ਮਾਡਲ ਹੈ ਅੱਛਾ ਜੀ ਹੁਣ ਵੀ 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 ਮਾਡਲ ਕਹਿੰਦੇ ਇਹਨੂੰ ਤੇ ਇਹਦੀ ਹੁਣ ਵੀ ਉਹਦੇ ਕੀ ਨਾਮ ਹੈ ਨੈਟ ਦੇ ਉੱਤੇ 133000 ਰੁਪਏ ਦੇ ਹੈਗੇ ਆ ਮੈਂ ਸ਼ਾਇਦ ਉਸ ਸਮੇਂ ਫਿਲਮਾਂ ਵਿੱਚ ਸੀ ਜਿਵੇਂ ਗੱਗੂ ਗਿੱਲ ਜੋਗਰਾ ਵਗੈਰਾ ਫਿਲਮਾਂ ਦੇ ਵਿੱਚ ਮੇਰਾ ਫਿਲਮਾਂ 'ਚ ਹੁੰਦੇ ਸੀ ਹਾਂ ਇੱਕ ਪੰਜਾਬੀ ਫਿਲਮ ਜਿਹੜਾ ਬੰਬੂ ਕਾਰਟ ਸੀ ਉਹਦੇ ਵਿੱਚ ਸੀਗਾ ਇਹ ਬੰਬੂ ਕਾਰਟ ਦੀ ਹਾਂਜੀ ਜਿਹਦੇ 'ਚ ਉਹ ਬੀਨੂ ਬੀਨੂ ਢਿੱਲੋ ਲੈ ਕੇ ਆਇਆ ਹੋਇਆ ਸੀਗਾ ਸੇ ਮੋਟਰਸਾਈਕਲ ਜਿਹੜੀ ਜਸਦੀ ਦਾ ਜਾਵਾ ਇਹਦਾ ਹੀ ਭਾਈ ਸੀਗਾ ਅੱਛਾ ਹਾਂਜੀ ਹਾਂ ਉਹ ਰਿਹਾ ਬੁਲਟ ਜੀ ਇਹ ਸੀਗਾ ਜੀ ਜਦੋਂ ਮੇਰੀ ਉਮਰ 5-6 ਸਾਲ ਦੀ ਸੀਗੀ ਤੇ ਇੱਕ ਬੰਦੇ ਨੇ ਚਾਦਰ ਲਾਇਆ ਹੋਇਆ ਸੀ ਉਹਦੇ ਕੋਲ ਪਿਸਤੌਲ ਹੁੰਦਾ ਸੀਗਾ ਤੇ ਉਹਨੇ ਉਹ ਬੁਲਟ ਰੱਖਿਆ ਹੋਇਆ ਹੁੰਦਾ ਸੀਗਾ ਮੈਂ ਉਹਦੇ ਕੋਲ ਝੂਟਾ ਲੈਂਦਾ ਹੁੰਦਾ ਸੀਗਾ ਅਸੀਂ ਬੱਸ ਸੁਣੀ ਅੱਜ ਦੇਖੋ 6 6 ਸਸਤੀ ਸਿੱਜਾਂ ਖੜੀਆਂ ਆਪਣੇ ਕੋਲ ਇਹ ਵੀ ਪੁਰਾਣਾ ਮਾਡਲ ਹੈ ਇਹ ਹੈਗਾ ਜੀ 2003 ਮਾਡਲ ਹੈ ਇਸ ਟਾਈਮ ਬੰਦ ਹੋ ਗਿਆ ਇਹ ਪੁੱਠੇ ਗੇਰਾਂ ਵਾਲਾ ਪੁੱਠੇ ਗੇਰਾਂ ਵਾਲਾ ਲਾਈਨ ਲਾ ਰੱਖੀ ਬਾਈ ਨੇ ਬਾਈ ਜਿਹੜਾ ਤੁਸੀਂ ਵੇਖ ਸਕਦੇ ਹੋ ਲਾਈਨ ਦੇ ਵਿੱਚ ਚੀਜ਼ਾਂ ਖੜੀਆਂ ਨੇ ਪੂਰੇ ਨਾਲੇ ਇਹ ਵੀ ਨਹੀਂ ਹੈਗਾ ਕੋਈ ਚੀਜ਼ ਵਰਕਿੰਗ ਨਹੀਂ ਸਾਰੀਆਂ ਚੀਜ਼ਾਂ ਵਰਕਿੰਗ ਚ ਹੈਗੀਆਂ ਨੇ ਸਾਰੀ ਇੱਕ ਇੱਕ ਚੀਜ਼ ਜਿਹੜੀ ਚੱਲਦੀ ਹੈ ਜਿੰਨੇ ਚਲਾ ਕੇ ਦਿਖਾ ਦਾਂਗੇ ਕੋਈ ਚੱਕਰ ਨਹੀਂ ਹੈਗਾ ਤੇ ਇਹ ਜਿਹੜੇ ਸਕੂਟਰ ਹੈਗੇ ਨੇ ਫਿਰ ਇਹ ਪਹਿਲੀ ਕਿੱਕ ਸਟਾਰਟ ਹੋ ਜਾਂਦਾ ਸਾਰੇ ਸਟਾਰਟ ਹੋ ਜਾਂਦੇ ਜੀ ਸਾਰੇ ਸਟਾਰਟ ਹੋ ਜਾਂਦੇ ਆ ਜੋ ਕਹੋਗੇ ਚਲਾ ਦਾਂਗੇ ਪਰ ਮੈਂ ਜਿਹੜਾ ਬੋਰਡ ਬੜਾ ਸੋਹਣਾ ਬਣਾਇਆ ਬਾਈ ਬਠਿੰਡੇ ਤੋਂ ਇਹ ਬੜਾ ਸੋਹਣਾ ਜਿਵੇਂ ਪੂਰਾ ਇਹ ਮਿਸਤਰੀ ਵੀ ਸ਼ਾਇਦ ਸੜਕ ਤੋਂ ਫੜ ਕੇ ਲਿਆਦਾ ਸਾਰੇ ਸਾਰੇ ਪੁੱਛਦੇ ਆ ਦੀ ਮਾਈਲਸਟੋਨ ਐ ਇਹ ਸਾਰੇ ਪੁੱਛਦੇ ਆ ਔਰ ਇਹ ਹੋਣਾ ਵੀ ਚੰਡੀਗੜ੍ਹ ਚ ਇੱਕੋ ਹੀ ਹੋਣਾ ਤੇ ਮੈਂ ਕੰਮ ਹੀ ਹਜੇ ਕਰਦਾ ਜਿਹੜੇ ਮਤਲਬ ਦੁਨੀਆ ਪੁੱਛੇ ਵੀ ਇਹ ਕਿਦਾਂ ਕਰਤਾ ਸਾਰੀਆਂ ਚੀਜ਼ਾਂ ਸਪੈਸ਼ਲ ਲੈ ਕੇ ਆਉਣਾ ਉਹ ਸੱਚ ਇੱਕ ਵੱਡੀ ਗੱਲ ਤਾਂ ਸਾਡੇ ਕੋਲ ਰਹਿ ਗਈ ਜਿਹੜਾ ਇੱਥੇ ਟਰੈਕਟਰ ਦੇ ਪਿੱਛੇ ਸਲੋਗਨ ਲਿਖਿਆ ਹੋਇਆ ਹੈ ਜਿੰਦਾ ਅਸੀਂ ਜ਼ਿਕਰ ਕਰਾਂਗੇ ਸਭ ਤੋਂ ਜਿਹੜੀ ਸਾਡੇ ਸ਼ੌਂਕ ਨੇ ਵੱਲੇ ਹਰ ਕੋਈ ਨਾ ਚੱਲੇ ਜਿਹੜੀ ਗੱਲ ਹੈਗੀ ਵਾਕਈ ਚਲੋ ਲਿਖਤੀ ਜੀ ਲਿਖਤੀ ਬਾਏ ਬਾਏ ਕਿਹੜੇ ਜਬਾਨ ਸੁਣਾ ਚਾਹਣੇ ਇਹ ਹੀ ਸਲੋਗਨ ਵਾਏ ਵਾਏ ਗੁਰੂ ਸਭ ਦੇ ਸ਼ੌਂਕ ਪੂਰੇ ਕਰੇ ਕੋਈ ਗੱਲ ਨਹੀਂ ਚਲੋ ਲਿਖਾਤਾ ਬਸ ਕੋਈ ਗੱਲ ਨਹੀਂ ਕਿਸੇ ਨੇ ਕਿਹਾ ਸੀ ਮੈਨੂੰ ਟਰੈਕਟਰ ਲਿਆ ਦੇ ਟਰੈਕਟਰ ਲਿਆ ਦੇ ਉਹਨੂੰ ਕਈ ਫੋਟੋਆਂ ਭੇਜੀਆਂ ਉਹ ਨਹੀਂ ਉਹਨੂੰ ਪਸੰਦ ਆਇਆ ਫਿਰ ਮੈਂ ਲਿਖਾਈ ਦਿੱਤਾ ਮੈਂ ਸਾਡੇ ਸ਼ੌਂਕ ਨੇ ਵੱਲੇ ਹਰ ਕੋਈ ਨਾ ਚੱਲੇ ਬਾਕੀ ਵਾਏ ਗੁਰੂ ਸਭ ਦੇ ਸ਼ੌਂਕ ਪੂਰੇ ਕਰਨ ਗੁਲਦੀਪ ਜੀ ਹੁਣ ਜਿੰਦਗੀ ਤੋਂ ਖੁਸ਼ ਆਗੇ ਜੇ ਸਮੇ ਉਹ ਟਾਈਮ ਨੂੰ ਅਸੀਂ ਯਾਦ ਵੀ ਨਹੀਂ ਕਰਨਾ ਚਾਹੁੰਦੇ ਪਰ ਫਿਰ ਵੀ ਤੁਹਾਡੇ ਜੈਨ ਹੈਗਾ ਤੁਹਾਡੇ ਬੱਚਿਆਂ ਨੂੰ ਸ਼ਾਇਦ ਉਹ ਟਾਈਮ ਦਾ ਨਹੀਂ ਪਤਾ ਹੋਣਾ ਪਰ ਹੁਣ ਤੁਸੀਂ ਆਦੇ ਬੱਚਿਆਂ ਵਾਸਤੇ ਹਰ ਸਮੇ ਲਈ ਕੀ ਕੁਝ ਜਿਹੜਾ ਕਰ ਰਹੇ ਹੋ ਸਾਰੀ ਦੁਨੀਆ ਵਾਸਤੇ ਤੰਦਰੁਸਤੀ ਮੰਗਦੇ ਜੀ ਸਵੇਰੇ ਉੱਠ ਕੇ ਰਾਜ ਕੇ ਖੁਸ਼ ਹੈ ਜਿੰਨੇ ਜੋ ਜੋ ਆ ਰਹੀ ਹੈ ਮਾਇ ਉਹਦੇ ਚ ਖੁਸ਼ ਹੈ ਉਹਦੋਂ ਡਬਲ ਨਹੀਂ ਕਰਨਾ ਚਾਹੁੰਦੇ ਵਾਹਿਗੁਰੂ ਦੇ ਘਰ ਦੇ ਨਾਲ ਜੁੜੇ ਹੋਏ ਆ ਗੁਰਦੁਆਰਾ ਸਾਹਿਬ ਨਾਲ ਮੰਦਰ ਨਾਲ ਜਿੰਨੇ ਕਿ ਸ਼ਫੀਲ ਲਵਾਣੀਆਂ ਸ਼ਫੀਲ ਬਣਵਾ ਲੈ ਛੋਲੇ ਸਬਜੀ ਬਣਾਨੀਆਂ ਛੋਲੇ ਬਣਵਾ ਲੈ ਜੋ ਮਰਜੀ ਬਣਵਾ ਲੈ ਲੰਗਰ ਦੇ ਵਿੱਚ ਪੈਸਾ ਨਹੀਂ ਲੈਣਾ ਗੁਰੂ ਘਰ ਦੇ ਨਾਲ ਜੁੜੇ ਆ ਸੇਵਾ ਦੇ ਨਾਲ ਜੁੜੇ ਹੋਏ ਵੇ ਬਸ ਕੰਮ ਨਹੀਂ ਕਰਨਾ ਉਹਨ ਇੱਕਵਾਂ ਕੰਮ ਹੈਗਾ ਉਹ ਸੇਵਾ ਬਸ ਬਸ ਸੇਵਾ ਸੇਵਾ ਜੀ ਬਸ ਪੈਸਾ ਨਹੀਂ ਕਮਾਣਾ ਸੇਵਾ ਕਰਨੀ ਹੈ ਜਿਹੜੀ ਲਾਸਟ ਉਮਰ ਬਚੀ ਹੈ ਪ੍ਰਮਾਤਮਾ ਆਪਣੇ ਨਾਲ ਜੋੜ ਕੇ ਰੱਖੇ ਬਸ ਬਿਲਕੁਲ ਸੋ ଏਸੀ ਸਾਡੇ ਨਾਲ ਕੁਲਦੀਪ ਵਰਮਾ ਜੀ ਜਿਨ੍ਹਾਂ ਦੇ ਵੱਲੋਂ ਇਹ ਸਾਰੇ ਜਿਹੜੀ ਇੱਕ ਜਿਹੜੀ ਪੁਰਾਣੀਆਂ ਚੀਜ਼ਾਂ ਨੂੰ ਜੋੜ ਕੇ ਰੱਖਿਆ ਹੋਇਆ ਹੈ ਸਾਡੇ ਜਿਹੜੀ ਕਲਚਰਲ ਚੀਜ਼ਾਂ ਹੈਗੀਆਂ ਸੋ ਉਹਨਾਂ ਨੂੰ ਜੋੜ ਕੇ ਰੱਖਿਆ ਵਿਰਸੇ ਨੂੰ ਜੋੜ ਕੇ ਰੱਖਿਆ ਹੋਇਆ ਹੈ ਡਰੈਸ ਦਾ ਵੀ ਜ਼ਿਕਰ ਕੀਤਾ ਹਰ ਇੱਕ ਕਹਿੰਦੇ ਨੇ ਬੰਦੇ ਨੂੰ ਮਿਹਨਤ ਕਰਨਾ ਪਿੱਛੇ ਨਹੀਂ ਹਟਣਾ ਚਾਹੀਦਾ ਬਈ ਕਈ ਵਾਰ ਅਸੀਂ ਕਹਿੰਦੇ ਆ ਕਿ ਮਿਹਨਤ ਦੇ ਨਾਲ ਸਾਨੂੰ ਕੁਝ ਮਿਲ ਨਹੀਂਦਾ ਪਰ ਜਿਹੜਾ ਸਮਾਂ ਹੁੰਦਾ ਸਮਝ ਦੇ ਨਾਲ ਸਭ ਕੁਝ ਮਿਲਦਾ ਟਾਈਮ ਲੱਗਦਾ ਹੈ ਮਿਹਨਤ ਕਰਨੀ ਕਦੇ ਵੀ ਸਾਨੂੰ ਜਿਹੜਾ ਇੱਕ ਫਰਜ਼ ਹੈਗਾ ਉਹ ਸਾਨੂੰ ਆਦਾ ਹਮੇਸ਼ਾ ਕਰਨਾ ਚਾਹੀਦਾ ਹੈ ਜਿਆਦਾ ਸਮਾਂ ਲੈਂਦਾ ਹੋਇਆ ਤੁਹਾਨੂੰ ਹੋਰ ਅਜਿਹੀਆਂ ਸਟੋਰੀਆਂ ਦੇ ਨਾਲ ਅਸੀਂ ਰੂਬਰੂ ਕਰਵਾਉਂਦੇ ਰਹਾਂਗੇ ਜੁੜੇ ਰਹੋ ਹਮਦਰ ਟੀਵੀ ਦੇ ਨਾਲ ਕੈਮਰਾ ਪਰਸਨ ਅਭਿਸ਼ੇਕ ਦੇ ਨਾਲ ਸੰਦੀਪ ਕੰਬੋਜ ਚੰਡੀਗੜ੍ਹ ਤੋਂ